ਗੁੱਡ ਈਵਨਿੰਗ ਜੀ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ RHS ਸਟੱਡੀ ਦੇ ਵਿੱਚ ਅੱਜ ਇਸ ਤੋਂ ਤੁਹਾਡੇ ਵਾਸਤੇ ਜਿਹੜੀ ਬਹੁਤ ਹੀ ਜ਼ਰੂਰੀ ਇਨਫੋਰਮੇਸ਼ਨ ਲੈ ਕੇ ਆਏ ਖਾਸ ਕਰਕੇ ਜਿਹੜੇ ਬੱਚੇ IGNO ਵਾਲੇ IGNO ਰਾਹੀਂ ਐਂਟੀਟੀ ਕਰ ਰਹੇ ਨੇ ਉਹਨਾਂ ਬੱਚਿਆਂ ਵਾਸਤੇ ਜਿਹੜੀ ਇਹ ਨਿਊਜ਼ ਹੈ ਬਹੁਤ ਜ਼ਿਆਦਾ ਬੈਨੀਫਿਟ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ 7 ਮਈ ਕੱਲ ਦੀ ਜਿਹੜੀ ਨਿਊਜ਼ਪੇਪਰ ਦੇ ਵਿੱਚ ਜਿਹੜੀ ਇਹ ਨਿਊਜ਼ ਅਨਾਉਂਸਮੈਂਟ ਕਰ ਦਿੱਤੀ ਗਈ ਹੈ IGNO ਦੀ ਜੂਨ ਸੈਸ਼ਨ ਦੀ ਪ੍ਰੀਖਿਆ ਜਿਹੜੀ ਮੁਲਤਵੀ ਹੋ ਚੁੱਕੀ ਹੈਗੀ ਕਿ ਜਿਹੜੀ ਇਗਨੋ ਦੀ ਜਿਹੜੀ ਪ੍ਰੀਖਿਆ ਸੀ ਉਹ 15 ਜੂਨ ਤੋਂ ਜਾਂ 18 ਜੂਨ ਤੋਂ ਸਟਾਰਟ ਹੋਣ ਵਾਲੀ ਸੀ ਹਨਾ ਪਰ ਜਿਹੜੀ ਹੁਣ ਕਹਿੰਦੇ ਕੋਵਿਡ-19 ਇਹਦੀ ਕਰਕੇ 90 ਕਰਕੇ ਜਿਹੜੀ ਇਗਨੋ ਦੀ ਪ੍ਰੀਖਿਆ ਗਈ ਉਹ ਅੱਗੇ ਜਿਹੜੀ ਪੋਸਟਪੋਨ ਕਰ ਦਿੱਤੀ ਗਈ ਤੁਸੀਂ ਦੇਖ ਸਕਦੇ ਹੋ ਸਾਰੀ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਖੰਨਾ ਦੀ ਕਹਿੰਦੀ ਨਿਰਦੇਸ਼ਿਕਾ ਡਾਕਟਰ ਸੰਤੋਸ਼ ਕੁਮਾਰੀ ਨੇ ਸੂਚਿਤ ਕੀਤਾ ਹੈ ਕਿ ਕੋਵਿਡ ਵਾਇਰਸ ਦੇ ਕਾਰਨ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਹੋਏ ਲੋਕਡਾਊਨ ਕਾਰਨ 15 ਜੂਨ ਤੋਂ ਕਹਿੰਦੇ 15 ਜੂਨ 2021 ਤੋਂ ਸਟਾਰਟ ਹੋਣ ਵਾਲੀ ਸੈਸ਼ਨ ਪ੍ਰੀਖਿਆ ਜਿਹੜੀ ਅਗਲੇ ਨਿਰਦੇਸ਼ ਆਉਣ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਅਗਲਾ ਪ੍ਰੋਗਰਾਮ ਕਹਿੰਦੇ ਪ੍ਰੀਖਿਆ ਤੋਂ 21 ਦਿਨ ਪਹਿਲਾਂ ਵੈਬਸਾਈਟ ਦੇ ਉੱਪਰ ਉਪਲਬਧ ਕਰਵਾ ਦਿੱਤਾ ਜਾਵੇਗਾ। ਵਿਦਿਆਰਥੀ ਕਹਿੰਦੇ ਜਿਹੜੀ ਪਹਿਲਾਂ ਜਿਹੜੀ ਉਹਨਾਂ ਦੀ ਅਸਾਈਨਮੈਂਟ ਸੀ ਪਹਿਲਾਂ 30 ਮਈ ਤੱਕ ਸੀ ਹਨਾ ਜਿਹੜੀ ਪਹਿਲਾਂ ਤੁਹਾਡੀ ਅਸਾਈਨਮੈਂਟਾਂ ਸੀ ਸੌਰੀ ਉਹ 30 ਅ ਮਾਰਚ ਤੱਕ ਦਿੱਤੀਆਂ ਗਈ ਸੀ ਤੁਹਾਨੂੰ ਪਰ ਹੁਣ ਜਿਹੜੀ ਤੁਹਾਡੀ ਅਸਾਈਨਮੈਂਟਾਂ ਨਹੀਂ ਹੈ ਉਹ ਹੁਣ ਤੁਹਾਨੂੰ ਜਿਹੜੀ 30 ਮਈ ਤੱਕ ਜਿਹੜੀ 31 ਮਈ ਤੱਕ ਇਗਨੋ ਸਟਡੀ ਸੈਂਟਰ ਤੇ ਜਮ੍ਹਾਂ ਕਰਵਾਉਣ ਦੇ ਲਈ ਆਦੇਸ਼ ਨੇ ਉਹ ਦਿੱਤੇ ਗਏ ਨੇ ਭਾਵੇਂ ਕਿ ਜਿਹੜੀ ਵਿੱਚ ਇੱਕ ਕਫਵਾ ਉੱਡ ਰਹੀ ਸੀ ਕਿ ਜਿਹੜੀ 31 ਮਈ ਤੱਕ ਜਿਹੜਾ ਇੱਕ ਤੁਹਾਡਾ ਪ੍ਰੋਜੈਕਟ ਜਾਂਦਾ ਹੁੰਦਾ 200 ਨੰਬਰਾਂ ਦਾ ਉਹ ਤੁਹਾਨੂੰ ਜਮ੍ਹਾਂ ਕਰਵਾਉਣਾ ਸੀ ਪਰ ਹੁਣ ਜਿਹੜੀ ਪ੍ਰੀਖਿਆ ਹੀ ਜਦੋਂ ਪੋਸਟਪੋਨ ਹੋ ਗਈ ਤਾਂ ਤੁਹਾਨੂੰ ਇਹ ਵੀ ਜਿਹੜੇ ਇੱਕ ਟਾਈਮ ਹੁਣ ਅੱਗੇ ਹੋਰ ਬਹੁਤ ਜ਼ਿਆਦਾ ਦਿੱਤਾ ਗਿਆਗਾ ਕਿ 31 ਮਈ ਤੱਕ ਹੁਣ ਤੁਸੀਂ ਜਿਹੜੇ ਤਿੰਨ ਅਸਾਈਨਮੈਂਟਾਂ ਜਿਹੜੇ ਬੱਚੇ ਨੇ ਜਮਾ ਨਹੀਂ ਕਰਵਾਈਆਂ ਪਹਿਲਾਂ ਉਹ ਅਸਾਈਨਮੈਂਟਾਂ ਜਮਾ ਕਰਵਾ ਦਿਓ ਪਰ ਹਾਲੇ ਤੱਕ ਜਿਹੜੀ ਪ੍ਰੋਜੈਕਟ ਬਾਰੇ ਕੋਈ ਵੀ ਅਪਡੇਟ ਨਹੀਂ ਦਿੱਤੀ ਗਈ ਠੀਕ ਹੈ ਤੁਸੀਂ ਖੁਦ ਦੇਖ ਸਕਦੇ ਸਾਰੀ ਨਿਊਜ਼ ਹੁਣ ਇਸੇ ਤਰ੍ਹਾਂ ਕਹਿੰਦੇ ਡਾਕਟਰ ਪਰਮੇਸ਼ ਚੰਦਰ ਸਹਾਇਕ ਖੇਤੀ ਨਿਰਦੇਸ਼ਕ ਨੇ ਦੱਸਿਆ ਹੈ ਕਿ ਜੁਲਾਈ 2021 ਸੈਸ਼ਨ ਲਈ IGNO ਵੈਬਸਾਈਟ ਰਹੀ ஆன்ਲਾਈਨ ਰੀ ਰੀਜਿਸਟ੍ਰੇਸ਼ਨ ਦੀ ਜਿਹੜੀ ਪ੍ਰਕਿਰਿਆ ਸੀ ਇਹੋ ਸਟਾਰਟ ਹੋ ਗਈ ਹੈ ਇਸਦੇ ਲਈ ਕਹਿੰਦੇ ਅੰਤਮ ਮਿਤੀ ਕਿ ਨਿਰਧਾਰਿਤ ਕੀਤੀ ਗਈ ਹੈ 15 ਜੂਨ ਦਿੱਤੀ ਗਈ ਹੈ ਠੀਕ ਹੈ ਜੀ ਸੋ ਇਸੇ ਤਰੀਕੇ ਜਿਹੜੇ ਬੱਚਾ ਨੂੰ ਪੇਪਰਾਂ ਨੂੰ ਲੈ ਕੇ ਕਾਫੀ ਟੈਨਸ਼ਨ ਦੇ ਵਿੱਚ ਸੀਗੇ ਵਿੱਚ ਜਿਹੜੇ ਪ੍ਰੋਜੈਕਟ ਸੀ ਇਹ ਵਿੱਚ ਜਿਹੜੇ ਅਸਾਈਨਮੈਂਟਾਂ ਸੀਗੀਆਂ ਹੁਣ ਤੁਸੀਂ ਜਿਹੜੇ ਅਸਾਈਨਮੈਂਟਾਂ ਨੇ ਹੋਏ 31 ਮਈ ਤੱਕ ਜਮ੍ਹਾਂ ਕਰਵਾ ਸਕਦੇ ਹੋ ਤੇ ਪ੍ਰੋਜੈਕਟ ਹੈ ਜਿਹੜਾ ਹਲੇ ਤੱਕ ਤੁਹਾਡਾ ਕੋਈ ਵੀ ਅਸਾਈਨਮੈਂਟ ਸੌਰੀ ਅਨਾਉਂਸਮੈਂਟ ਇਹ ਦਿੱਤੀ ਗਈ ਇਸ ਵਾਰੀ ਤਾਂ ਤੁਸੀਂ ਜਿਹੜੀ ਆਪਣੀ ਪੈਪਸਾਈਟ ਹੈ ਉਸ ਨੂੰ ਟਾਈਮ ਟੂ ਟਾਈਮ ਚੈੱਕ ਕਰਦੇ ਰਹੋ ਕਿਉਂਕਿ ਉਸ ਦੇ ਉੱਪਰ ਕਦੋਂ ਵੀ ਜਿਹੜੀ ਇਹ ਪ੍ਰੋਜੈਕਟ ਵਾਰੀ ਜਾਂ ਤੁਹਾਡੇ ਪੇਪਰਾਂ ਬਾਰੇ ਕਦੀ ਵੀ ਡੇਟ ਦੇ ਸਕਦੇ ਹਨ ਠੀਕ ਹੈ ਸੋ ਥੈਂਕ ਯੂ ਆਪਣੇ ਦੋਸਤਾਂ ਮਿੱਤਰਾਂ ਤੱਕ ਇਸ ਜਿਹੜੀ ਜਾਣਕਾਰੀ ਨੂੰ ਜਰੂਰ ਸ਼ੇਅਰ ਕਰਿਓ ਵਾਦ ਤੋਂ ਬਾਅਦ ਜਿਹੜੀ ਇਗਨੋਰ ਆਹੀ ਐਂਟੀਟੀ ਕਰ ਰਹੇ ਨਹੀਂ ਸੋ ਥੈਂਕ ਯੂ ਕਲਾਸ ਪਸੰਦ ਆਈ ਆ ਵੀਡੀਓ ਪਸੰਦ ਆਈ ਤਲਾਇਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਵੀ ਜਰੂਰ ਕਰਨਾ ਥੈਂਕ ਯੂ